ਸ਼ਿਫਟਾਂ ਬੜੀਆਂ ਚੇਂਜ ਹੋਣ ਦੀਆਂ। ਭਾਵੇਂ ਜੋ ਮਰਜ਼ੀ ਕਹੋ, ਮੈਂ ਵੇਖ ਲਿਆ ਸੀ, ਵਿੱਕੀ ਵਿਚਾਰੇ ਨੇ ਫੜਿਆ ਸੀ। ਲੈਣ ਤਾ ਸਮਾਨ ਲੈਣ ਤਾ ਜੀ। ਹੋਰ ਹੋਰ ਵਧੀਆ ਠੀਕ ਠਾਕ। ਫਿਰ ਚਾਨਣਾ ਪਾਓ, ਇਹ ਸਮਾਨ ਕਿਹਦੇ ਲਈ, ਕਿਸ ਕੰਮ ਲਈ? ਚਾਨਣਾ ਕੀ ਆ ਵੀ ਅਸੀਂ ਸੋਚਿਆ ਕਿ ਜਿਹੜਾ ਉਹ ਸਿਮਰਨ ਦੇ ਘਰ ਦੇ ਬਾਰ ਬਾਰ ਉਹ ਵਾ ਨਾ ਲੋਬੀ ਨਹੀਂ, ਉਹਦੇ ਦੋਵਾਂ ਕਮਰਿਆਂ ਦੇ ਬਾਰ ਬਾਰ ਜਿਹੜੀ ਉੱਤੇ ਖਾਲੀ ਜਗ੍ਹਾ ਵਾ ਥੋੜੀ ਜੀ, ਬਰਾਂਡਾ ਜਿਹਾ 10 ਫੁੱਟ ਦੀ, 10x12 ਦੀ। ਤੇ ਸਾਡਾ ਇਰਾਦਾ ਵਾ ਉਹ ਜਗ੍ਹਾ ਦੇ ਉੱਤੇ ਪਾ ਦਈਏ ਛੱਤ। ਅੱਛਾ, ਉਹ ਸੈਂਕੜਾ 1.5 ਸੈਂਕੜੇ ਦਾ ਵਾ। ਤੁਸੀਂ ਜੇ ਪਹਿਲਾਂ ਨੇ ਸੀ ਫਾਈਬਰ ਪਾਉਣੀ ਆ? ਨਹੀਂ, ਪਹਿਲਾਂ ਫਾਈਬਰ ਸੋਚਾਂਗੇ, ਫਾਈਬਰ ਤਪਿਆ ਕਰਨੀ ਆ, ਤਪਿਆ ਕਰਨੀ ਆ, ਇੱਕ ਤਾਂ ਤਪਿਆ ਕਰਨੀ ਆ ਤੇ ਦੂਜਾ ਵੀ ਏਡੀ ਸੇਫਟੀ ਨਹੀਂ ਆ। ਹੁਣ ਅਸੀਂ ਆਹ ਗਰਿੱਲਾਂ ਸਾਡੇ ਗੁਰਦੁਆਰਾ ਸਾਹਿਬ ਤੋਂ ਲੱਥੀਆਂ ਸੀ ਤੇ ਲੱਗੇ ਸੀ ਵੇਚ ਦੇਣ ਕਬਾੜੀਏ ਨੂੰ, ਤੇ ਅਸੀਂ ਆਖਿਆ ਵੀ ਕਬਾੜੀਏ ਨੂੰ ਜੋ ਵੇਚਣੀਆਂ ਤੁਸੀਂ ਸਾਨੂੰ ਦੇ ਦਿਓ, ਅਸੀਂ ਖਰੀਦ ਲੈਣੇ ਹਨ। ਹਾਂ, ਤੇ ਇਹਦੇ ਨਾਲ ਸੇਫਟੀ ਵੀ ਬਣ ਜੂਗੀ, ਇਹਦੇ ਨਾਲ ਲਾਵਾਂਗੇ ਜਾਲੀ, ਇਹਦਾ ਦਰਵਾਜ਼ਾ ਬਣਵਾਉਂਦੇ ਆ ਤੇ ਉਹ ਪੂਰੇ ਦਾ ਪੂਰਾ ਲੰਗੜੀ ਚ ਗਾਠ ਵਾਂਗੂ ਬਣਾ ਕੇ ਨਾ, ਲੋਹੇ ਦੀ ਗਰਿੱਲ ਕਟਾ ਕੇ ਨਾ 3 ਫੁੱਟ ਦਾ ਦਰਵਾਜ਼ਾ ਬਣਾ ਦੇ ਲਓ। ਅੱਛਾ ਅੱਛਾ, ਮਤਲਬ ਜਾਲੀ ਲਵਾ ਕੇ ਵਧੀਆ, ਠੀਕ ਹੈ ਨਾ, ਜਾਲੀ ਨਾਲੇ ਸੇਫਟੀ ਜ਼ਿਆਦਾ ਵਾ। ਹਾਂ ਹਾਂ, ਜ਼ਿਆਦਾ ਲੋਹਾ ਹੋਣ ਕਰਕੇ ਨਾ ਜ਼ਿਆਦਾ ਵਧੀਆ ਲੱਗਣਾ ਹੁੰਦਾ, ਲੋਹੇ ਦਾ ਭਾਰਾ ਦਰਵਾਜ਼ਾ ਬਣ ਜਾਣਾ। ਤੇ ਉਹਦੇ ਉੱਤੋਂ ਇੱਕ ਲਵਾਂਗੇ ਪੱਖਾ, ਲੋਬੀ ਦੀ ਲੋਬੀ ਬਣ ਜੂ, ਕਮਰੇ ਦਾ ਕਮਰਾ ਬਣ ਜੂ, ਸੇਫਟੀ ਦੀ ਸੇਫਟੀ ਬਣ ਜਾਏ, ਬਰਾਂਡਾ ਤੇ ਰਸੋਈ ਨੂੰ ਦਰਵਾਜ਼ਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਫਿਰ। ਆਹੋ, ਭਾਵੇਂ ਉਹ ਇੱਕੋ ਦੇ ਨਾਲੇ ਕਵਰ ਹੋ ਜਾਏਗਾ, ਇੱਕੋ ਨਾਲੇ ਸਾਰਾ ਘਰ ਕਵਰ ਹੋ ਜਾਣਾ, ਹੈਨਾ। ਆ ਵਾ, ਤੇ ਹੁਣ ਇਹਨੂੰ ਕੰਮ ਕਰ ਗਿਆ ਆਪਣਾ, ਰਿਪੇਅਰ ਕਰਵਾਓ ਇਹਨੂੰ, ਐਨ ਸੋਹਣਾ ਬਣਾ ਲਓ, ਐਨ ਰੰਗ ਰੁੰਗ ਕਰਾ ਦੇਣਾ, ਲੱਗੇ ਨਾ ਵਿੱਕੀ ਮੁੜ ਕੇ ਮੋਟਰਸਾਈਕਲ ਦੇ, ਇਹਨੂੰ ਲੈ ਜਾਂਦੇ ਮਿਸਤਰੀ ਕੋਲ, ਤੇ ਮਿਸਤਰੀ ਨੂੰ ਕਹਿੰਦੇ ਆ ਵੀ। ਤੇ ਜੇ ਤੁਸੀਂ ਆਪਣੇ ਜਿੱਦਾਂ ਉੱਥੇ ਮਿੰਤੀ ਮੁੰਤੀ ਨਹੀਂ ਕੀਤੀ, ਆਪਣੇ ਹਿਸਾਬ ਨਾਲ ਦੱਸੋਗੇ ਸਹੀ ਹੋ ਜਾਣਾ ਸਰ? ਹਾਂ, ਕਰ ਲਓ ਤੇ ਬਾਅਦ ਵਿੱਚ ਨਹੀਂ ਹੋ ਜਾਣਾ ਵਾ, ਉਹ ਗਏ ਆ ਨਾ ਉੱਥੇ ਮਿਸਤਰੀ, ਉਹ ਮਿੰਤੀ ਮਾਰ ਕੇ ਭੇਜ ਦੇਣਗੇ, ਠੀਕ ਹੈ, ਇਹ ਉਹਦੀ ਲੰਗੜੀ ਚਗਾੜ। ਆ ਸੱਚ ਮਿਸਤਰੀ ਅੱਗੇ ਆਏ ਸੀ ਨਾ, ਸਵੇਰੇ ਮਿਸਤਰੀ ਬਣਾਈ ਹੈ, ਇਦਾਂ ਨਹੀਂ ਮੇਰੇ ਸਾਹਮਣੇ ਬਣ ਜਾਣੀ ਆ, ਕਿੱਦਾਂ ਦੀ ਆਪਣੀਆਂ ਇਹਨਾਂ ਜਗ੍ਹਾ ਸਮਰ ਗਈ, ਇਦਾਂ ਦੀ ਬਣ ਸਕਦੀ ਹੈ ਨਾ, ਦੋਵੇਂ ਪਾਸੇ ਕੰਨ ਜੇ ਬਣ ਜਾਣੇ ਆ ਤੇ ਤਾਂ ਮੁੜ ਕੇ ਬਾਕੀ ਨੂੰ ਲਾ ਦਾਂਗੇ ਜਾਲੀ, ਹੈਨਾ, ਐਨ ਵਧੀਆ ਖਾ ਬਣ ਜਾਣਾ। ਚਲੋ ਵਧੀਆ ਮਾਰ, ਕਿਉਂਕਿ ਉਹਦਾ ਮੱਛਰ ਬੜਾ ਜਾਂਦਾ ਵਾ, ਨਿੱਕਾ ਜਿਹਾ, ਨਾਲੇ ਗਰਮੀਆਂ ਦੇ ਵਿੱਚ ਅੰਦਰ ਸੌਣਾ ਔਖਾ ਵਾ, ਹੈਨਾ, ਤੇ ਬਾਹਰ ਮੱਛਰ, ਤੇ ਮਾਰ ਮੱਛਰ ਬੜਾ ਹੋਣਾ, ਦੂਜਾ ਸੇਫਟੀ ਦਾ ਵੀ ਹੁੰਦਾ ਵਾ, ਇਹ ਨਾਲ ਐ ਕਿ ਮਜੇ ਨਾਲ ਆਪਣਾ ਅੰਦਰੋਂ ਮਾਰਿਆ ਕੁੰਡਾ ਤੇ ਚਲੋ ਜੀ ਜਿੱਦਾਂ ਮਰਜ਼ੀ ਬੰਦਾ ਸੁੱਤਾ ਰਹਿੰਦਾ। ਚਲੋ ਕਰੀਏ, ਇਹ ਹੈ ਸਾਡੀ ਸਕੀਮ ਤੇ ਜਿਹੜੀ ਹੋ ਗਈ ਸਾਡੀ ਕਾਮਯਾਬ। ਚਲੋ ਚਲੋ ਬਣਾਈਆਂ ਵੀਡੀਓ। ਚਲੋ ਬਈ, ਗਰੀਲਾਂ ਵਾਂਡਾ ਹੀ ਵੇਖਣ ਚੱਲੀਆਂ, ਅਜੇ ਵਾਂਡਾ ਵੇਖਣ ਹੀ ਚੱਲੀਆਂ, ਅਸਲ ਚ ਆਪਣੇ ਘਰ ਚੱਲੀਆਂ ਵਾ। ਇਹ ਆ ਕਿ ਵਧੀਆ ਬਣ ਜਾਣੀਆਂ, ਫੇਰ ਇਹਨਾਂ ਸੈੱਟ ਵੈਟਿੰਗ ਕਰਤੀ ਨਾ, ਕਟਿੰਗ ਇਹ ਪਾਵਰ ਆਫ, ਮੈਂ ਨਾ ਇਹਨਾਂ ਸਾਂਭ ਲੈਣੀਆਂ, ਮੇਰੇ ਵੱਲ ਨੂੰ ਭਾਰ ਨਾ ਭਾਈ। ਕਹੋ ਵਿੱਕੀ, ਡਰਾਈਵਰ ਇਹ ਨਾ, ਡਰਾਈਵਰ ਕਣਕ ਚ ਵੜਿਆ। ਆਪਣੀ ਚੀਜ਼ ਦਾ ਫਿਕਰ ਜੇ, ਜੇ ਕਿਤੇ ਦੁਕਾਨ ਬੰਦ ਹੋਈ ਫੇਰ। ਚਲੋ ਚਲੋ, ਵੀਜੀ ਤੰਗ ਨਾ ਹੋ ਗਏ, ਉੱਤੋਂ ਪੜੋ ਵੀਜੀ, ਉੱਤੋਂ ਠਾਣ ਉੱਤੋਂ। ਚਲੋ ਔਖਾ ਹੋਣਾ ਵੀਰ ਜੀ, ਔਖਾ ਹੋਣਾ।
ਜਾ ਉੱਤੋਂ ਫੜੋ, ਮੈਂ ਕਹਿਣ ਦੀ ਉੱਤੋਂ। ਲਓ ਜੀ ਆ ਜਾਲੀਆਂ ਜਿਹੜੀਆਂ ਲਿਆਂਦੀਆਂ, ਉਹਦਾ ਦਰਵਾਜ਼ਾ ਬਣ ਚੱਲਿਆ ਵਾ, ਇਹ ਚਗਾਠ ਬਣਾਤੀ ਆ ਲੰਗੜੀ ਇੱਕ ਸਾਈਡ ਤੋਂ, ਅਤੇ ਇਹਦੇ ਬਾਰ ਬਾਰ ਲਾ ਕੇ ਜਾਲੀ ਅਤੇ ਸਾਰਾ ਕੰਮ ਜਿਹੜਾ ਬਿਲਕੁਲ ਓਕੇ ਕਰ ਦੇਣਾ ਵਾ, ਅਤੇ ਡੇ ਆ ਤਿਆਰ ਕਰਨ, ਕਰਦੇ ਗੱਭਰੂ ਆ ਤਿਆਰ, ਮਿੰਟੋ ਮਿੰਟੀ ਮਿੰਟ ਮਾਰ ਹੈ ਆ, ਇਹ ਜਿੱਦਾਂ ਤਿਆਰ ਹੋ ਜਾਂਦਾ ਅਤੇ ਬਾਅਦ ਵਿੱਚ ਉੱਥੇ ਪਾਵਾਂਗੇ ਲੈਂਟਰ ਅਤੇ ਆ ਸਾਰਾ ਕੁਝ ਲਾ ਦਾਂਗੇ ਨਾਲ ਜਾਲੀ ਜੂਲੀ, ਅਤੇ ਦੱਸਿਓ ਤੁਹਾਨੂੰ ਵੀ ਇਹ ਕੰਮ ਕਿਵੇਂ ਦਾ ਲੱਗਾ ਫਿਰ ਆਪਣਾ। ਕਿੱਦਾਂ ਓਏ ਠੀਕ ਵਾ, ਕੀ ਹਾਲ ਨੇ ਚੀਜੀ? ਲੈ ਅੱਜ ਮੈਂ ਤੇਰੇ ਲਈ ਚੀਜੀ ਲੈ ਕੇ ਆਇਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੁੱਤ। ਲਓ ਜੀ ਲਓ 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 ਮਹਾਰਾਜ ਲਓ ਕੇਲੇ। ਹਾਂਜੀ ਕੀ ਹਾਲ ਜੀ ਸਾਹਿਬ ਜੀ? ਲਓ ਜੀ ਇੱਧਰ ਬਾਥਰੂਮ ਵੀ ਹੋ ਗਿਆ ਆਪਣਾ ਪਲਸਤਰ, ਅਤੇ ਸਾਹਮਣੇ ਫਰਸ਼ ਪਵਾਤਾ, ਅਤੇ ਹੁਣ ਇੱਧਰ ਭਰਤੀ ਭੁਰਤੀ ਪੈਣ ਵਾਲੀ ਹੈ, ਭਰਤੀ ਭੁਰਤੀ ਦਾ ਵੀ ਕੰਮ ਕਰਦੇ ਹਾਂ, ਅਤੇ ਬਾਕੀ ਜਿਹੜਾ ਸੋਚਿਆ ਤੁਹਾਨੂੰ ਵੀ ਦੱਸਦੇ ਹਾਂ। ਕਿੱਦਾਂ ਫਿਰ? ਵਧੀਆ, ਠੀਕ ਠਾਕ? ਹਾਂਜੀ। ਖੁਸ਼ ਵਾਂ? ਬਹੁਤ ਜ਼ਿਆਦਾ। ਬਾਏ, ਚਾਹ ਨਹੀਂ ਪਿਲਾਣੀ ਮੈਨੂੰ? ਤੂੰ ਤਾਂ ਮੈਨੂੰ ਆਖਣ ਡਿਆ ਬਾਏ, ਹੈਂ ਯਾਰ ਇਹ ਤਾਂ ਨਹੀਂ ਨਾ ਫਿਰ ਕੋਈ ਗੱਲ ਹੈਗੀ, ਹਾਂ ਚੱਲ ਜਾ ਫਿਰ ਚਾਹ ਲਿਆ ਬਣਾ ਕੇ ਮੇਰੇ ਵਾਸਤੇ। ਅੱਛਾ ਜੀ, ਅਤੇ ਹੁਣ ਆਪਾਂ ਇੱਥੇ ਥੋੜ੍ਹਾ ਜਿਹਾ ਸੋਚਿਆ ਵਾ ਕਿ ਇਹ ਜਿਹੜੀ ਜਗ੍ਹਾ ਖਾਲੀ ਆ ਨਾ, ਇਸ ਖਾਲੀ ਜਗ੍ਹਾ ਦੇ ਵਿੱਚ ਇੱਥੇ ਲੈਂਟਰ ਪਾ ਦਈਏ, ਅਤੇ ਇੱਥੇ ਇੱਕ ਉੱਤੇ ਪੱਖਾ ਲੱਗ ਜੂਗਾ, ਸਾਈਡ ਦੇ ਉੱਤੇ ਵੀ ਅਸੀਂ, ਕਿਉਂਕਿ ਇਹ ਕੰਧ ਨਾਲ ਦੂਸਰੇ ਘਰ ਵਾਲਿਆਂ ਦੀ ਆ, ਅਸੀਂ ਸੋਚਿਆ ਕਿ ਇੱਥੇ ਆਪਣੇ ਨਾਲ ਇੱਕ 4 ਇੰਚੀ ਦਾ ਪਰਦਾ ਚੁੱਕ ਦਿੰਦੇ ਹਾਂ, ਉਸ ਕੰਧ ਨੂੰ ਵੀ ਪਲਸਤਰ ਕਰਵਾ ਦਾਂਗੇ, ਅਤੇ ਸਾਹਮਣੇ ਦੀ ਸਾਈਡ ਦੇ ਉੱਤੇ ਜਿਹੜੀਆਂ ਗਰਿੱਲਾਂ ਤੁਸੀਂ ਹੁਣ ਵੀਡੀਓ ਦੇ ਵਿੱਚ ਸ਼ੁਰੂ 'ਚ ਦੇਖੀਆਂ ਵਾ, ਉਹ ਵਾਲੀਆਂ ਗਰਿੱਲਾਂ ਦੇ ਨਾਲ ਜਾਲੀ ਲਾ ਕੇ ਅਤੇ ਇਸ ਸਾਹਮਣੀ ਜਗ੍ਹਾ ਦੇ 'ਚੋਂ ਜਾਲੀ ਬਿਲਕੁਲ ਕਰ ਦਾਂਗੇ, ਤਾਂ ਕਿ ਮੱਛਰ ਮੱਖੀ ਜਿਹੜਾ ਵਾ ਉਹ ਨਾ ਅੰਦਰ ਨੂੰ ਜਾਵੇ, ਅਤੇ ਪਲੱਸ ਉੱਤੋਂ ਛੱਤਿਆ ਜਾਊਗਾ ਜਗ੍ਹਾ ਸਾਰੀ, ਅਤੇ ਸੇਫਟੀ ਵੀ ਬਣ ਜਾਏਗੀ, ਅਤੇ ਇੱਕੋ ਦਰਵਾਜ਼ੇ ਨਾਲ ਸਾਡੇ ਜਿਹੜੇ ਦੋਵੇਂ ਦਰਵਾਜ਼ੇ ਕਵਰ ਹੋ ਜਾਣਗੇ, ਅਤੇ ਬਾਅਦ ਵਿੱਚ ਉਹ ਸਾਹਮਣੇ ਵਾਲਾ ਦਰਵਾਜ਼ਾ ਵਾ ਇਹ ਥੋੜ੍ਹਾ ਜਿਹਾ ਖਰਾਬ ਵਾ, ਅਤੇ ਇਹਤੇ ਕਰਾਂਗੇ ਕਿ ਜਦੋਂ ਥੋੜ੍ਹਾ ਜਿਹਾ ਗਾਂਹ ਰੁਕ ਕੇ ਫਿਰ ਹੋ ਸਕੇਗਾ ਤਾਂ ਇਹਦੀ ਟੀਨ ਬਦਲਾ ਦਾਂਗੇ, ਕਿਉਂਕਿ ਜਦੋਂ ਠੰਡ ਹੋਣੀ ਆ ਅਤੇ ਫਿਰ ਪਿੱਛੇ ਠੰਡ ਜਾਇਆ ਕਰਨੀ ਆ, ਅਤੇ ਇੱਥੇ ਜੇ ਚਾਹੇਗੀ ਇਹਦੇ ਸਾਹਮਣੇ ਸਿਸਟਮ ਕਰਕੇ, ਅਤੇ ਅਗਲੀ ਸਾਈਡ ਦੇ ਉੱਤੇ ਪਰਦਾ ਵਗੈਰਾ ਵੀ ਜੇ ਇਹਨੇ ਲਾਉਣਾ ਹੋਏਗਾ ਅੰਦਰ ਬਾਹਰ ਤਾਂ ਪਰਦਾ ਵੀ ਲਾ ਲਏਗੀ, ਨਹੀਂ ਤਾਂ ਇੱਧਰਲੀ ਸਾਈਡ ਦੇ ਉੱਤੇ ਪੱਖਾ ਰੱਖ ਕੇ, ਭਾਵੇਂ ਸਟੈਂਡ ਵਾਲਾ ਪੱਖਾ ਭਾਵੇਂ ਛੱਤ ਵਾਲਾ ਪੱਖਾ, ਅਤੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਰਿਹਾ ਕਰਨਾ ਵਾ, ਮੱਖੀ ਮੱਛਰ ਜਿਹੜਾ ਬਿਲਕੁਲ ਵੀ ਅੰਦਰ ਨਹੀਂ ਜਾਇਆ ਕਰਨਾ, ਅਤੇ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਕਿਵੇਂ ਤੁਹਾਨੂੰ ਇਹ ਸਾਰੀ ਸਕੀਮ ਲੱਗੀ ਆਪਣੀ, ਅਤੇ ਬਾਕੀ ਦੇਖਦੇ ਹਾਂ ਆਪਾਂ ਵੀ ਰਸੋਈ ਵੀ ਕਰ ਦਿੱਤੀ ਆ, ਇੱਧਰ ਪਲੰਬਰ ਦਾ ਕੰਮ ਵੀ ਹੋ ਹੀ ਗਿਆ ਵਾ, ਬਾਥਰੂਮ ਦਾ ਅਤੇ ਪਾਣੀ ਤਾਣੀ ਪਹੁੰਚਾ ਦਿੱਤਾ ਅੰਦਰ, ਇੱਧਰ ਰਸੋਈ ਦੇ ਵਿੱਚ ਹਾਂਜੀ ਸਿੰਕ ਵੀ ਲੱਗ ਗਿਆ ਜੀ ਆਪਣਾ, ਅਤੇ ਹੁਣ ਬਾਹਰ ਰਹਿ ਗਈ ਆ ਭਰਤੀ ਪੈਣ ਵਾਲੀ, ਜਿਵੇਂ ਹੀ ਉਹ ਭਰਤੀ ਪੈ ਜਾਏਗੀ ਬਾਹਰ ਅਤੇ ਸਿੰਕ ਦਾ ਜਿਹੜਾ ਵਾ ਪਾਣੀ ਆ ਬਾਹਰ ਕੱਢਣ ਵਾਲਾ ਉਹ ਨਿਕਲ ਜੂਗਾ, ਅਤੇ ਇੱਕ ਅਸੀਂ ਸੋਚਿਆ ਕਿ ਇਸ ਪੈਪ ਤੋਂ ਇੱਥੋਂ ਕੱਟ ਕੇ ਪੈਪ ਨੂੰ ਇੱਥੇ ਪਾ ਕੇ ਅਤੇ ਵਾਸ਼ ਬੇਸਨ ਇੱਕ ਇਸ ਜਗ੍ਹਾ ਦੇ ਉੱਤੇ ਲਾ ਦਾਂਗੇ, ਤਾਂ ਕਿ ਇੱਕ ਤਾਂ ਜਿਹੜਾ ਬਾਥਰੂਮ ਦੇ ਵਿੱਚੋਂ ਵੀ ਕੋਈ ਆਇਆ ਕਰੂਗਾ ਉਹ ਵੀ ਆਪਣਾ ਇਸ ਜਗ੍ਹਾ ਦੇ ਉੱਤੇ ਹੱਥ ਉੱਥੇ ਧੋ ਸਕਦਾ ਵਾ,
ਪਲੱਸ ਇਹ ਵੀ ਅੰਦਰ ਜਿੰਨਾ ਵੀ ਕੰਮ ਕਰ ਇਹਨਾਂ ਨੇ ਕਰਨਾ ਵਾ ਅਤੇ ਰੋਟੀ ਪਾਣੀ ਖਾਣ ਲੱਗਿਆਂ ਇੱਥੋਂ ਹੱਥ ਧੋ ਸਕਦਾ ਵਾ ਅੰਦਰੋਂ ਬਾਹਰ ਨਿਕਲਣ ਵਾਲਾ ਵੀ ਇੱਥੇ ਯੂਜ਼ ਕਰ ਸਕਦਾ ਇਹਨੂੰ ਅਤੇ ਬਾਥਰੂਮ ਵਾਲੀ ਸਾਈਡ ਵਾਲਾ ਵੀ ਯੂਜ਼ ਕਰ ਸਕਦਾ ਵਾ ਇਹ ਆ ਜੀ ਸਾਡੀ ਸਕੀਮ ਅਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਵੀ ਸਾਡੀ ਸਕੀਮ ਅਤੇ ਬਾਕੀ ਟਰਾਈ ਕਰਨ ਡੇ ਹਾਂ ਯਾਰ ਅਕਾਊਂਟ ਖੁਲਵਾਉਣ ਦਾ ਉਹ ਜਿਵੇਂ ਆਧਾਰ ਕਾਰਡ ਇਹਦਾ ਜਿਹੜਾ ਅਪਡੇਟ ਹੋ ਜਾਂਦਾ ਵਾ ਅਤੇ ਫਿਰ ਨਾਲ ਹੀ ਅਸੀਂ ਅਕਾਊਂਟ ਖੁਲਵਾ ਦੇਣਾ ਇਹਦਾ ਅਤੇ ਮੈਂ ਹੀ ਅੱਜ ਘਰ ਫਰੀ ਅਤੇ ਆਪਾਂ ਆਖਿਆ ਪਿਆ ਅਸੀਂ ਆਪਣੀ ਸਿਮਰਨ ਨੂੰ ਨਾਲ ਲੈ ਕੇ ਤੇਰਾ ਅਕਾਊਂਟ ਖੁਲਾ ਲਿਆਈਏ ਅਤੇ ਉਹ ਮੈਡਮ ਜੀ ਨੇ ਆਪਣਾ ਆਧਾਰ ਕਾਰਡ ਹੀ ਅਪਡੇਟ ਨਹੀਂ ਕਰਵਾਇਆ ਅਤੇ ਉਹ ਖਾਤਾ ਨਹੀਂ ਖੁੱਲਿਆ ਅਤੇ ਬਾਇਓਮੈਟ੍ਰਿਕ ਨਹੀਂ ਹੋਈ ਇਹਦੀ ਅਤੇ ਨਾ ਹੀ ਆਧਾਰ ਕਾਰਡ ਦੇ ਨਾਲ ਨੰਬਰ ਲਿੰਕ ਸੀ ਅਤੇ ਹੁਣ ਆਪਾਂ ਚੱਲੇ ਹਾਂ ਸੁਵਿਧਾ ਸੈਂਟਰ ਦੇ ਵਿੱਚ ਉੱਥੇ ਜਾ ਕੇ ਤੇ ਅਪਲਾਈ ਕਰਦੇ ਹਾਂ ਮੈਂ ਕਿਹਾ ਚਲੋ ਇੱਕ ਕੰਮ ਨਹੀਂ ਸੀ ਅਤੇ ਦੂਜਾ ਹੋ ਜੇ ਇੰਨਾ ਵੀ ਹੋ ਗਿਆ ਅਤੇ ਠੀਕ ਆ ਫਿਰ ਕਿਉਂਕਿ ਬੈਂਕ ਵਾਲੇ ਜਿਹੜੇ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਨੰਬਰ ਲਿੰਕ ਕਰਵਾ ਲਓ ਅਤੇ ਜਦੋਂ ਨੰਬਰ ਲਿੰਕ ਹੋ ਜਾਏਗਾ ਤਾਂ ਫਿਰ ਇਹਨਾਂ ਨੂੰ ਬੈਂਕ ਆਉਣ ਦੀ ਜ਼ਰੂਰਤ ਨਹੀਂ ਆ ਅਤੇ ਬਿਨਾਂ ਬੈਂਕ ਆਏ ਹੀ ਆਪਾਂ ਘਰ ਜਾ ਕੇ ਅਤੇ ਇਹਨਾਂ ਦੇ ਅਕਾਊਂਟ ਖੋਲ੍ਹ ਦਾਂਗੇ ਠੀਕ ਆ ਹਾਂ ਅਤੇ ਚਲੋ ਹੁਣ ਜਾ ਕੇ ਅਤੇ ਪਹਿਲਾਂ ਤਾਂ ਆਧਾਰ ਕਾਰਡ ਦਾ ਕੰਮ ਕਰਵਾਈਏ ਅੱਜਾ ਹੀ ਆਪਣਾ ਸਿਮਰਨ ਦਾ ਆਧਾਰ ਕਾਰਡ ਲਿੰਕ ਕਰਵਾਉਣ ਮੈਡਮ ਨੇ ਆਧਾਰ ਕਾਰਡ ਵੀ ਨਹੀਂ ਲਿੰਕ ਕਰਵਾਇਆ ਆਪਣਾ ਹੈ